ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 FM ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਵੱਖ-ਵੱਖ ਪ੍ਰੋਗਰਾਮਾਂ 'ਚ ਸ਼ਾਮਲ ਹੋ ਕੇ ਪੋਦੇ ਕਤਲ ਦੇ ਇਨਸਾਫ ਦੀ ਮੰਗ ਕੀਤੀ ਹੈ। ਹਾਲ ਹੀ 'ਚ ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨੂੰ ਵੀ ਝਾੜ ਪਾਈ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤਰ ਨੇ ਆਪਣੀ ਜ਼ਿੰਦਗੀ ਸਿਧਾਂਤਾਂ ਦੇ ਆਧਾਰ 'ਤੇ ਬਤਕੀਦ ਕੀਤੀ। ਉਹਨਾਂ ਕਹਿੰਦੇ ਕਿ ਸਿੱਧੂ ਸਾਲ ਦਾ 2 ਕਰੋੜ ਰੁਪਏ ਦਾ ਟੈਕਸ ਭਰਦਾ ਸੀ। 50 ਕਿੱਲੇ ਜਾਇਦਾਦ ਬਣਾ ਗਿਆ, ਬਾਕੀ ਕੋਈ ਮੋਟੀ ਕਮਾਈ ਉਸਨੇ ਨਹੀਂ ਕੀਤੀ। ਪੂਰੀ ਜ਼ਿੰਦਗੀ ਸਾਡਾ ਇੱਕੋ ਬੈਂਕ ਖਾਤਾ ਰਿਹਾ। ਬਲਕੌਰ ਸਿੰਘ ਨੇ ਕਿਹਾ ਕਿ ਸਾਰੀ ਸਰਕਾਰ ਨੂੰ ਅਤੇ ਸਾਰੀ ਦੁਨੀਆ ਨੂੰ ਅਪੀਲ ਕਰਦੇ ਨੇ ਕਿ ਜੋ ਪੈਸਾ ਉਹ ਟੈਕਸ ਵਜੋਂ ਦਿੰਦੇ ਨੇ ਉਸ ਨੂੰ ਇਨਾਮ ਦੇ ਵਜੋਂ ਐਲਾਨ ਦਿੱਤਾ ਜਾਵੇ ਗੋਲਡੀ ਬਰਾਡ ਕੋਈ ਵੱਡੀ ਚੀਜ਼ ਨਹੀਂ ਹੈ ਉਹਨਾਂ ਕਹੇ ਕਿ ਸਰਕਾਰ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਰ ਦਿੱਤੀ ਹੈ ਬਲਕੌਰ ਸਿੰਘ ਨੇ ਗੋਲਡੀ ਬਰਾਡ ਤੇ ਕਾਰਵਾਈ ਨਾ ਕਰਨ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਇਹ ਵੀ ਕਹੇ ਕਿ ਜੇਕਰ ਸਰਕਾਰ ਕੋਲ 2 ਕਰੋੜ ਰੁਪਏ ਨਹੀਂ ਤਾਂ ਉਹ ਆਪਣੀ ਜ਼ਮੀਨ ਵੇਚ ਕੇ ਇਨਾਮ ਦੇ ਪੈਸੇ ਸਰਕਾਰ ਨੂੰ ਦੇ ਦੇਣਗੇ ਪਰ ਉਹ ਕੋਈ ਕਾਰਵਾਈ ਸ਼ੁਰੂਤਾ ਕਰਨ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਿੰਦਰ ਸਿੰਘ ਪਿੰਕੀ ਨੂੰ ਮਿਲੀ ਸੁਰੱਖਿਆ ਵਾਪਸ ਲੈਣ ਤੋਂ ਬਾਅਦ ਸੱਤ ਸੁਰੱਖਿਆ ਕਰਮਚਾਰੀ ਸੁਰੱਖਿਆ ਲਈ ਦਿੱਤੇ ਗਏ ਨੇ ਜਿਨ੍ਹਾਂ ਨੂੰ ਆਪਣੀ ਤੇ ਪਰਿਵਾਰ ਦੀ ਜਾਨ ਮਾਲ ਦੀ ਰਾਖੀ ਲਈ ਨਾਕਾਫੀ ਦੱਸਦੇ ਹੋਏ ਉਹਨਾਂ ਨੇ ਹਾਈ ਕੋਰਟ ਪਹੁੰਚ ਕੀਤੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਦਾਅਰੇ ਪਟੀਸ਼ਨ ਚ ਕਿਹਾ ਗਿਆ ਹੈ ਕਿ ਇੰਟੈਲੀਜੈਂਸ ਬਿਊਰੋ ਵੱਲੋਂ ਖਤਰੇ ਵਜੋਂ ਜਾਰੀ ਕੀਤੀ ਗਈ ਸੂਚੀ ਵਿੱਚ ਉਸਦਾ ਨਾਮ ਸ਼ਾਮਲ ਹੈ ਇਸ ਲਈ ਉਸਦੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਜਾਈ ਜਾਵੇ ਪਟੀਸ਼ਨ ਤੇ ਸੁਣਵਾਈ ਕਰਦੇ ਆ ਅਦਾਲਤ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਨੂੰ ਨੋਟਿਸ ਜਾਰੀ ਕੀਤਾ ਹੈ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉੱਗੇ ਲੋਕਾਂ ਦੀ ਸੁਰੱਖਿਆ ਵਾਪਸ ਲੈਣ ਜਾਂ ਕਮਨਾ ਕੀਤੇ ਜਾਣ ਖਿਲਾਫ ਕਈ ਆਗੂ ਹਾਈ ਕੋਰਟ ਪਹੁੰਚੇ ਸੀ ਉਸ ਸਮੇਂ ਸਰਕਾਰ ਵੱਲੋਂ ਅਦਾਲਤ ਨੂੰ ਕਿਹਾ ਗਿਆ ਸੀ ਕਿ ਸੁਰੱਖਿਆ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਪਿੰਕੀ ਦੀ ਸੁਰੱਖਿਆ ਵਾਪਸ ਲਈ ਗਈ ਜੋ ਕਿ ਸਰਕਾਰ ਤੇ ਆਰਥਿਕ ਬੋਝ ਸੀ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਸਿਰਫ ਸ਼ਾਨ ਅਤੇ ਰੂਪ ਦਿਖਾਉਣ ਲਈ ਕਈ ਵੀਆਈਪੀ ਸੁਰੱਖਿਆ ਦੀ ਵਰਤੋਂ ਕਰਨ ਜਿਸ ਦੀ ਸਮੀਖਿਆ ਕਰਨ ਤੋਂ ਬਾਅਦ ਉਹਨਾਂ ਸਾਰਿਆਂ ਦੀ ਸੁਰੱਖਿਆ ਵਾਪਸ ਲੈ ਲਈ ਜਾਂਫਰ ਘਟਾ ਦਿੱਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਜצי ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਪੰਜਾਬ ਵਾਸੀਆਂ ਨੂੰ ਮਿਆਰੀ ਤੇ ਬਿਹਤਰ ਸੇਵਾਵਾਂ ਦੇਣ ਲਈ ਸੂਬੇ ਵਿੱਚ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਨੇ ਜਿਨ੍ਹਾਂ ਦਾ ਸ਼ਾਨਦਾਰ ਨਤੀਜਾ ਦਿਖਣਾ ਸ਼ੁਰੂ ਹੋ ਗਿਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੇਤਿ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕੀਤਾ। ਉਹਨਾਂ ਨੇ ਕਿਹਾ ਹੈ ਕਿ ਇਜ਼ਰਾਨ ਉਦੰਦਨ ਦੇ 24 ਪੰਦਰਵਾਰ ਦੇ ਸਵੇਰ ਸਮਾਗਮ ਵਿੱਚ ਪਹੁੰਚੇ ਸੀ ਸੰਬੋਧਨ ਕਰ ਰਹੇ ਸੀ ਔਰ ਸਮਾਗਮ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਬਜ਼ੁਰਗ ਸਾਡਾ ਕੀਮਤੀ ਸਰ ਮਾਇਆਏ ਜਿੰਨਾ ਦੀ ਸੇ ਸਨਭਾਲ ਸਾਡਾ ਪਹਿਲਾ ਫਰਜ਼ ਹੈ ਉਹਨੇ ਕਿਹਾ ਕਿ ਬਜ਼ੁਰਗਾਂ ਨੂੰ ਆਮ ਹੀ ਦੰਦਾਂ ਦੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜਿਸ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ ਅੱਖਾਂ ਗਈਆਂ ਜਹਾਨ ਗਿਆ ਦੰਦ ਗਿਆ ਤਾਂ ਸਵਾਦ ਗਿਆ ਸਕਾਵਾ ਦਾ ਜ਼ਿਕਰ ਕਰਦੇ ਉਹਨੇ ਕਿਹਾ ਕਿ ਦੰਦਾਂ ਦੇ ਖਰਾਬ ਹੋਣ ਦੇ ਨਾਲ ਨਾ ਕੀ ਕੇਵਲ ਖਾਣ ਪੀਣ ਦਾ ਸਵਾਚ ਲੈਣਾ ਸਗੋ ਪਾਚਨ ਸ਼ਕਤੀ ਨਾ ਸਹੀ ਹੋਣ ਕਰਕੇ ਵੀ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਛੇਤੀ ਹੀ ਇਸ ਦਾ ਜਿਹੜਾ ਹੱਲ ਕਰਾਂਗੇ ਅੰਮ੍ਰਿਤਸਰ ਵਿਖੇ ਪੁਲਿਸ ਅਤੇ ਗੈਂਗਸਟਰਾਂ ਚਾਲੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ ਪੁਲਿਸ ਨੇ ਨਾਕੇ ਤੇ ਰੋਕਿਆ ਤਾਂ ਗੈਂਗਸਟਰਾਂ ਨੇ ਗੋਲੀਆਂ ਚੜਾ ਦਿੱਤੀਆਂ ਪੁਲਿਸ ਵੱਲੋਂ ਵੀ ਕ੍ਰਾਸ ਫਾਇਰਿੰਗ ਦੌਰਾਨ ਦੋ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਕ੍ਰਾਸ ਫਾਇਰਿੰਗ ਦੌਰਾਨ ਗੈਂਗਸਟਰ ਘਰ ਵਿੱਚ ਲੁਕ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸਰਚ ਚਲਾ ਕੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ 10 ਦਿਨਾਂ ਕਿ ਵਾਰਦਾਤ ਸ਼ਹਿਟਾ ਦੇ ਅਦੀਨ ਪਿੰਦੇ ਨਾਰਾਇਣਗੜ੍ਹ ਦੇ ਵਿੱਚ 40 ਫੁੱਟੀ ਰੋਡ ਤੇ ਵਾਪਰੀ ਹੈ ਮੇਰੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਰ ਵਿੱਚ ਕਰੀਬ 5 ਗੈਂਗਸਟਰ ਆ ਰਹੇ ਨੇ ਉਸ ਤੋਂ ਬਾਅਦ ਪੁਲਿਸ ਨੇ ਉਕਤ ਸਥਾਨ ਤੇ ਨਾਕਾ ਲਾਇਆ ਸੀ ਔਰ ਜਦੋਂ ਨਾਕੇ ਤੇ ਤਨਾਤ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉੱਥੇ ਮੌਜੂਦ ਗੈਂਗਸਟਰ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਪੰਜਾਬ ਚ ਭਾਰਤ ਪਾਕਿਸਤਾਨ ਇੰਟਰਨੈਸ਼ਨਲ ਬਾਰਡਰ ਤੇ ਤਾਇਨਾਤ ਬਾਰਡਰ ਸਿਕਿਉਰਿਟੀ ਫੋਰਸ ਦਾ ਇੱਕ ਜਵਾਨ ਸਾਡੇ 6 ਵਜੇ ਗਲਤੀ ਨਾਲ ਜ਼ੀਰੋ ਲਾਈਨ ਪਾਰ ਕਰ ਗਿਆ ਤੇ ਪਾਕਿਸਤਾਨ ਇਲਾਕੇ ਚ ਪਹੁੰਚ ਗਿਆ ਸੰਗਣੇ ਕੋਰੇ ਹੋਣ ਕਰਕੇ ਇਹ ਗਲਤੀ ਹੋਈ ਸੀ ਹਾਲਾਂਕਿ ਪਾਕਿਸਤਾਨੀ ਏਰੀਆ ਚ ਪਹੁੰਚਦੇ ਹੀ ਇਸ ਜਵਾਨ ਨੂੰ ਪਾਕਿਸਤਾਨ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਲਾਪਤਾ ਹੋਇਆ ਜਵਾਨ ਬੀਐਸਐਫ ਦੀ 66ਵੀਂ ਬਟਾਲੀਅਨ ਤੋਂ ਹੈ ਜਿਵੇਂ ਹੀ ਉਸ ਦੇ ਬਾਰਡਰ ਪਾਰ ਹੋਣ ਦੀ ਸੂਚਨਾ ਮਿਲੀ ਤਾਂ ਸਾਰੇ ਅਧਿਕਾਰੀ ਹਰਕਤ ਵਿੱਚ ਆਏ ਔਰ ਜਦ ਇਸ ਦਿਨਾਲ ਹੀ ਪਾਕਿਸਤਾਨੀ ਰੇਂਜਰਸ ਨੇ ਵੀ ਸੀਨੀਅਰ ਅਧਿਕਾਰੀਆਂ ਦੇ ਨਾਲ ਸੰਪਰਕ ਕੀਤਾਗਾ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬੀਐਸਐਫ ਸਜਵਾਨ ਉਨ੍ਹਾਂ ਦੇ ਕਬਜ਼ੇ ਵਿੱਚ ਹੈ ਇਸ ਤੋਂ ਬਾਅਦ ਬੀਐਸਐਫ ਅਧਿਕਾਰੀਆਂ ਨੇ ਪਾਕਿਸਤਾਨ ਰੇਂਜਰਸ ਨਾਲ ਫਲੈਗ ਮੀਟਿੰਗ ਕਾਲ ਕਰਕੇ ਜਵਾਨ ਦੀ ਜਿਹੜਾ ਰਿਲੀਜ਼ ਕਰਨ ਲਈ ਕਿਹਾ ਹਾਲਾਂਕਿ ਸ਼ੁਰੂਆਤ ਵਿੱਚ ਨਾ ਨੁਕਰੀ ਤੋਂ ਬਾਅਦ ਪਾਕਿਸਤਾਨ ਰੇਂਜਰਸ ਨੇ ਬੀਐਸਐਫ ਜਵਾਨ ਨੂੰ ਛੱਡਣ ਦੇ ਲਈ ਉਹ ਤਿਆਰ ਹੋ ਗਏ ਇਹ ਘਟਨਾ ਪੰਜਾਬ ਚ ਬੀਐਸਐਫ ਦੇ ਫਿਰੂਜ਼ਪੁਰ ਸੈਕਟਰ ਦੇ ਅਬੋਰ ਏਰੀਏ ਦੀ ਦੱਸੀ ਜਾ ਰਹੀ ਹੈ ਤੁਸੀਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਈ ਗੱਲਾਂ ਲਈ ਕਸੂਰਵਾਠ ठहरा ਸਕਦੇ ਹੋ ਪਰ ਉਹਨਾਂ ਦੀ ਆਪਣੀ ਨਿੱਜੀ ਪਸੰਦ ਅਤੇ ਨਾ ਪਸੰਦ ਲਈ ਇਹ ਇੱਕ ਅਜਿਹੇ ਸਿਆਸਦਾਨ ਹਨ ਜੋ ਆਪਣੇ ਪਿਆਰ ਤੇ ਨਫ਼ਰਤ ਨੂੰ ਆਪਣੀ ਆਸਤਿਨ ਤੇ ਪਹਿਨਦਾ ਹੈ ਇੱਥੋਂ ਤੱਕ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਉਸ ਦੀ ਰਜ਼ਬੰਦੀ ਵੀ ਇਸ ਨੂੰ ਬਦਲ ਨਹੀਂ ਸਕੀ ਹੈ ਤੇ ਕੁਝ ਕਾਂਗਰਸੀ ਆਗੂ ਜਿਨ੍ਹਾਂ ਨੇ ਪਿਛਲੇ ਸਮੇਂ ਚ ਉਸ ਨਾਲ ਅੱਕ ਮਲਾ ਕੇ ਨਹੀਂ ਦੇਖਿਆ ਉਹਨਾਂ ਨੂੰ ਚੰਗੀ ਗੱਲ ਦਾ ਪਤਾ ਹੈ ਕੁਝ ਹਫ਼ਤੇ ਪਹਿਲਾਂ ਹੀ ਸਿੱਧੂ ਦੇ ਕਿ ਸਯੋਗੀ ਨੇ ਉਹਨਾਂ ਨੂੰ ਫੋਨ ਕੀਤਾ ਤੁਸ ਨੂੰ ਮਿਲਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਹੁੰਗਾਰਾ ਨਹੀਂ ਮਿਲਿਆ ਤਾਂ ਮੁੜ ਕੋਸ਼ਿਸ਼ ਕਰਨ ਤੇ ਨਤੀਜਾ ਉਹੀ ਰਿਹਾ ਇਹਨਾਂ ਚੋਂ ਕੁਝ ਕਾਂਗਰਸੀਆਂ ਨੇ ਦੱਸਿਆ ਹੈ ਕਿ ਅਸੀਂ ਦੋ ਵਾਰ ਕੋਸ਼ਿਸ਼ ਕੀਤੀ ਪਰ ਜਵਾਬ ਨਹੀਂ ਮਿਲਿਆ ਸੰਦੇਸ਼ ਉੱਚਾ ਤੇ ਸਪਸ਼ਟ ਹੈ ਕਿ ਸਾਨੂੰ ਮਿਲਣਾ ਨਹੀਂ ਚਾਹੁੰਦਾ ਇਸ ਜੜਕ ਤੋਂ ਸਪਸ਼ਟ ਤੇ ਹੈਰਾਨ ਹੋ ਕੇ ਉਬੜਬੜਾਏ ਨੇ ਰਾਜਨੀਤੀ ਦਾ ਕੋਈ ਅੰਤ ਨਹੀਂ ਹੁੰਦਾ ਜੇਲ੍ਹ ਵਿੱਚ ਵੀ ਗਨ ਕਲਚਰ ਤੇ ਪੰਜਾਬ ਸਰਕਾਰ ਨੇ ਲਗਾਤਾਰ ਸਖਤ ਐਕਸ਼ਨ ਲਿਆ ਹੈ ਪਹਿਲਾਂ ਪੰਜਾਬ ਸਰਕਾਰ ਵੱਲੋਂ ਪੰਜਾਬੀ ਗੀਤਾਂ ਤੇ ਸੋਸ਼ਲ ਮੀਡੀਆ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੀਆਂ ਪੋਸਟਰਾਂ ਤੇ ਰੋਕ ਲਗਾਈ ਗਈ ਸੀ ਤੇ ਪਰਚੇ ਵੀ ਕੀਤੇ ਜਾ ਰਹੇ ਨੇ ਉਸੇ ਮੱਧਮਕ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਕੀਤਾ ਗਿਆ ਦੱਸਦੇ ਕਿ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਰੇਡੀਓ ਤੇ ਵੀ ਗਨ ਕਲਚਰ ਨੂੰ ਬੈਨ ਕੀਤੇ ਜਾਣ ਦੇ ਆਦੇਸ਼ ਦਿੱਤੇ ਨੇ ਸੂਚਨਾ ਪ੍ਰਸਾਰਣ ਨੂੰ ਇਸ ਮਾਮਲੇ ਤੇ ਸਖਤ ਐਡਵਾਈਜ਼ਰੀ ਜਾਰੀ ਕੀਤੀ ਗਈ ਤੇ ਹੁਕਮਾਂ ਦੀ ਉਲੰਘਣਾ ਹੋਣ ਤੇ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਿਆ ਨੇ ਫਿਲਹਾਲ ਇਸ ਹਨੋਂ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਦਾ ਰੇਡੀਓ 87.8 ਐਫਐਮ ਸਤਰੀਆ ਕਾਲ